ਨਾ ਚਾਹੁੰਦਾ ਮੈਂ ਵੀ ਵਰਕਰ ਹਾਂ। ਰਵਨੀਤ ਸਿੰਘ ਬਿੱਟੂ ਜੀ ਸਾਡੀ ਰੋਡ 'ਤੇ ਆਉਂਦੇ ਨੇ, ਸਾਨੂੰ ਮੈਸੇਜ ਨਹੀਂ ਲੱਗਦਾ। ਲੁਧਿਆਣਾ ਸ਼ਹਿਰ 'ਚ ਸ਼ਹਿਰ ਦਾ ਕੋਈ ਕਾਂਗਰਸ ਦਾ ਦਫ਼ਤਰ ਹੈ ਨਹੀਂ ਗਾ, 36-37,000 ਵੋਟਾਂ ਤੋਂ ਹਾਰਿਆ ਆਪਾਂ ਜ਼ਿਲ੍ਹੇ ਦਾ ਪ੍ਰਧਾਨ ਬਣਾ ਦਿੱਤਾ ਹੋਇਆ। ਵਰਕਰ ਦੀ ਕੀ ਪੁੱਛ ਹੋ ਰਹੀ ਹੈ? ਵਰਕਰ ਦੀ ਤਾਂ ਕੁੱਤੇ ਖਾਣੀ ਕੀਤੀ ਪਈ ਇਹਨਾਂ ਨੇ। ਆਪਣੇ ਦਫ਼ਤਰ ਜਿਹਦਾ ਦਿਲ ਕਰਦਾ ਉਹਨੂੰ ਬੁਲਾ ਲੈਂਦੇ ਨੇ, ਜਿਹਦਾ ਨਹੀਂ ਦਿਲ ਕਰਦਾ ਉਹਨੂੰ ਨਹੀਂ ਬੁਲਾਉਂਦੇ। ਇਹ ਮੀਟਿੰਗਾਂ ਤਾਂ ਇੱਦਾਂ ਕਰਦੇ ਪਏ ਨੇ। ਕੱਲ੍ਹ ਸਰ ਇੱਕ ਵੀਡੀਓ ਵੀ ਜਾਰੀ ਕੀਤੀ ਸੀ ਤੁਸੀਂ? ਹਾਂਜੀ, ਮੈਂ ਵੀਡੀਓ ਜਾਰੀ ਕੀਤੀ ਜੀ। ਇੱਕ ਮੈਂ ਦੁਖੀ ਹਾਂ, ਮੈਂ ਪਰੇਸ਼ਾਨ ਹਾਂ, ਮੈਂ ਕਾਂਗਰਸ ਪਾਰਟੀ ਦੇ ਨਾਲ ਜੁੜਿਆ, ਕਾਂਗਰਸ ਪਾਰਟੀ ਦਾ ਸਿਪਾਹੀ ਹਾਂ, ਬਟ ਇਹ ਥੋੜ੍ਹਾ ਮੇਰੀ ਆਵਾਜ਼ ਦੱਬ ਲੂਗੇ ਇਹ। ਮੈਂ ਸੱਚਾ ਸਿਪਾਹੀ ਹਾਂ। ਉਹ ਸਾਰੇ ਅੰਦਰ ਇਹਨਾਂ ਨੇ ਬੰਦੇ ਖੜੇ ਕੀਤੇ, ਪ੍ਰੀ ਪਲਾਨ ਕੀਤਾ ਹੋਇਆ, ਸਿਰਫ ਝੰਡਾ ਡੰਡਾ ਉਹੀ ਰੱਖਣ ਇਹਨਾਂ ਦਾ ਜਿਹੜਾ ਇਹਨਾਂ ਦੀ ਸ਼ਾਨ ਖਿਲਾਫ ਬੋਲਦਾ, ਜਿਹੜਾ ਇਹਨਾਂ ਨੂੰ ਵਧੀਆ ਲੱਗਦਾ ਪਿਆ, ਜਿਹੜੀਆਂ ਇਹਨਾਂ ਤਾਰੀਫਾਂ ਕਰਦਾ ਪਿਆ, ਜਿਹੜਾ ਇਹਨਾਂ ਨੂੰ ਸੱਚ ਦੱਸਦਾ, ਜਿਹੜਾ ਇਹਨਾਂ ਨੂੰ ਸੱਚ ਦੱਸਦਾ ਉਹ ਇਹਨਾਂ ਨੂੰ ਚੁੱਭਦਾ। ਪਿੱਛੇ ਕਾਂਗਰਸ ਦੀ 5 ਸਾਲ ਸਰਕਾਰ ਰਹੀ ਹੈ, ਕੌਂਸ ਪਾਰਸ਼ਦ ਪਤੀਆਂ ਨੂੰ ਇਹਨਾਂ ਨੇ ਅਹੁਦੇ ਦਿੱਤੇ, ਉਹਨਾਂ ਨੂੰ ਇਹਨਾਂ ਨੇ ਆਪਣੇ ਤੁਹਾਡੇ ਚੇਅਰਮੈਨੀਆਂ ਦਿੱਤੀਆਂ, ਉਹਨਾਂ ਨੂੰ ਇਹਨਾਂ ਨੇ ਆਰੇ ਜੇਲ੍ਹ ਰਜਿਸਟਰ ਬੋਰਡ 'ਚ ਪਾਏ। ਆਮ ਵਰਕਰ ਨੂੰ ਕੀ ਦਿੱਤਾ ਇਹਨਾਂ ਨੇ? ਉਹਨਾਂ ਨੂੰ ਡਿਪੂ ਲਾਟ ਕਰਦੇ ਨੇ। ਆਮ ਵਰਕਰ ਨੂੰ ਸਿਰਫ ਝੰਡਾ ਡੰਡਾ ਫੜਨ ਲਈ ਇਹਨਾਂ ਨੇ ਰੱਖ ਲਿਆ। ਜਦੋਂ ਕਿਤੇ ਫੰਕਸ਼ਨ ਹੁੰਦਾ, ਜਦੋਂ ਕਿਤੇ ਫੰਕਸ਼ਨ ਹੁੰਦਾ, ਤੂੰ 200 ਬੰਦੇ ਲਿਆ, ਤੂੰ 100 ਬੰਦੇ ਲਿਆ, ਸਿਰਫ ਇਹੀ ਡਰਾਮਾ ਕਰਨ ਲਈ ਵਰਕਰ ਰਹਿ ਗਿਆ। ਮੈਨੂੰ ਅੰਦਰ ਨਹੀਂ ਜਾਣ ਦਿੱਤਾ ਜੀ, ਮੈਨੂੰ ਉਹਨਾਂ ਨੇ ਬਾਹਰ ਭੇਜਤਾ। ਮੈਨੂੰ ਰਾਜਾ ਵੜਿੰਗ ਜੀ ਨੇ ਇਹ ਕਿਹਾ ਵੇ, ਪ੍ਰਧਾਨ ਜੀ ਨੇ ਮੈਨੂੰ ਕਹਿੰਦਾ ਤੂੰ ਕਿਸੇ ਦੀ ਸ਼ਾਨ ਖਿਲਾਫ ਨਹੀਂ ਬੋਲਣਾ, ਨਹੀਂ ਤਾਂ ਫਿਰ ਤੂੰ ਦੇਖ ਲਈ। ਮੈਨੂੰ ਇਹ ਧਮਕੀ ਦਿੰਦੇ ਨੇ, ਕੀ ਦੇ ਦੂਗੇ ਮੈਨੂੰ? ਮੈਂ ਕਾਂਗਰਸ ਦਾ ਸਿਪਾਹੀ ਹਾਂ, ਇਹ ਸਿਪਾਹੀ ਨੂੰ ਧਮਕੀ ਦਿੰਦੇ ਰਹੇ? ਇੱਕ ਪਾਸੇ ਕਹਿੰਦੇ ਨੇ ਖੁੱਲੀ ਚਰਚਾ, ਇੱਕ ਪਾਸੇ ਅਪਮਾਨਿਤ ਕਰਕੇ ਮੈਨੂੰ ਬਾਹਰ ਭੇਜਤਾ। ਕਪਿਲ ਮਹਿਤਾ ਮੈਨੂੰ ਧੱਕੇ ਮਾਰਦਾ, ਜਿਹੜਾ ਸੰਜੇ ਤਲਵਾਰ ਦਾ ਪੀਏ ਬਣਿਆ ਫਿਰਦਾ। ਮੇਰੇ ਨਾਲ ਆ ਸਾਰੇ ਸਮਰਥਕ ਮੇਰੇ ਨਾਲ ਖੜੇ ਨੇ। ਮੈਂ ਤਾਂ ਸਿਰਫ ਉਹਨਾਂ ਨੂੰ ਇਹ 2 ਮਿੰਟ ਲਈ ਮੰਗਿਆ। ਮੈਂ ਕਿਹਾ ਜੀ 2 ਮਿੰਟ ਖੁੱਲੀ ਚਰਚਾ ਤੁਸੀਂ ਬੁਲਾਇਆ, 2 ਮਿੰਟ ਮੈਨੂੰ ਵੀ। ਕਹਿੰਦਾ ਨਹੀਂ ਜੀ, ਜਿਹੜੇ ਨਾਮ ਰੱਖੇ ਆ ਜੀ, ਅਸੀਂ ਤਾਂ ਉਹਨਾਂ ਨੂੰ ਬੁਲਾਵਾਂਗੇ, ਅਸੀਂ ਤੈਨੂੰ ਨਹੀਂ ਬੋਲਣ ਦੇਣਾ। ਮੈਂ ਤਾਂ ਸੱਚ ਦੱਸਣਾ ਚਾਹੁੰਦਾ ਸੀ ਇਹਨਾਂ ਨੂੰ ਵੀ ਲੁਧਿਆਣੇ ਸ਼ਹਿਰ 'ਚ ਇੱਕ ਤਾਂ ਕਾਂਗਰਸ ਦਾ ਦਫ਼ਤਰ ਹੈ ਨਹੀਂ। ਲੁਧਿਆਣੇ ਸ਼ਹਿਰ ਦੀ ਸਭ ਤੋਂ ਵੱਡੀ ਕਮੀ ਹੈ ਜੀ, ਜਿਹੜਾ ਲੁਧਿਆਣੇ ਸ਼ਹਿਰ 'ਚ ਕਾਂਗਰਸ ਪਾਰਟੀ ਦਾ ਦਫ਼ਤਰ ਹੈ ਨਹੀਂ। ਉਹ ਦਫ਼ਤਰ ਕਿੱਥੇ ਹੈ ਮੈਨੂੰ ਦੱਸਿਆ ਜਾਵੇ? ਕਿ ਇਹ ਜਿਹੜਾ ਸੰਜੇ ਤਲਵਾਰ ਆਪਣੇ ਦਫ਼ਤਰ ਦੇ ਵਿੱਚ ਵਰਕਰਾਂ ਦੀ ਮੀਟਿੰਗ ਕਰਦਾ, ਕਿ ਇਹ ਲੁਧਿਆਣੇ ਸ਼ਹਿਰ, ਇਹਨੇ ਆਪਣੀ ਪ੍ਰਾਪਰਟੀ ਦੀ ਰਜਿਸਟਰੀ ਕਾਂਗਰਸ ਕਮੇਟੀ ਦੇ ਨਾਂ 'ਤੇ ਕੀਤੀ ਹੋਈ ਹੈ, ਮੈਨੂੰ ਇਹਦੇ ਬਾਰੇ ਦੱਸਿਆ ਜਾਵੇ? ਮੈਂ ਇੱਕ ਵਰਕਰ ਹਾਂ, ਵਰਕਰ ਦੇ ਹੱਕ ਨਾਲ ਪੁੱਛਣਾ ਚਾਹੁੰਦਾ ਜੀ। ਤੁਹਾਡਾ ਜ਼ਿਲ੍ਹਾ ਪ੍ਰਧਾਨ ਦੇ ਨਾਲ ਰੋਸ ਚੱਲ ਰਿਹਾ ਇਸ ਤੋਂ? ਮੇਰਾ ਕੋਈ ਰੋਸ ਨਹੀਂ ਕਿਸੇ ਨਾਲ ਜੀ, ਮੈਂ ਤਾਂ ਇੱਕ ਪਾਰਟੀ ਦੇ ਹੱਕ ਨਾਲ ਪੁੱਛਣਾ ਚਾਹੁੰਦਾ ਜੀ, ਇੱਕ ਵਰਕਰ ਦੇ ਨਾਂ 'ਤੇ ਪੁੱਛਣਾ ਚਾਹੁੰਦਾ, ਇਹ ਖੁੱਲੀ ਚਰਚਾ ਹੀ ਪੁੱਛਣਾ ਚਾਹੁੰਦਾ। ਮੈਂ ਕਿਹਾ ਮੈਨੂੰ ਧਮਕਾਓ ਨਾ ਜੀ, ਮੈਂ ਇੱਕ ਸਿਪਾਹੀ ਹਾਂ ਕਾਂਗਰਸ ਪਾਰਟੀ ਦਾ। ਮੈਨੂੰ ਕਹਿੰਦੇ ਜੀ ਜੇ ਤੂੰ ਕਿਸੇ ਦੀ ਸ਼ਾਨ ਖਿਲਾਫ ਬੋਲਿਆ ਤਾਂ ਫਿਰ ਦੇਖ ਲਈ। ਮੈਂ ਕਿਹਾ ਜੀ ਮੈਨੂੰ ਧਮਕਾਓ ਨਾ, ਮੈਂ ਪਾਰਟੀ ਦਾ ਸਿਪਾਹੀ ਹਾਂ, ਤੁਸੀਂ ਖੁੱਲੇ ਚਰਚੇ 'ਤੇ ਬੁਲਾਇਆ ਹੋਵੇ ਤਾਂ ਖੁੱਲੇ ਚਰਚੇ 'ਚ ਮੈਨੂੰ ਗੱਲ ਕਰਨ ਦਿੱਤੀ ਜਾਵੇ। ਦੇਖ ਲਈ ਕਹਿੰਦੇ, ਹੁਣ ਇਹ ਤਾਂ ਇਹਨਾਂ ਨੂੰ ਪਤਾ ਜੀ ਦੇਖ ਲਈ ਦਾ ਕੀ ਮਤਲਬ ਹੁੰਦਾ ਇਹਨਾਂ ਦਾ। ਮੈਂ ਬਾਹਰ ਖੜਾ ਜੀ, ਮੈਨੂੰ ਗੇਟ ਬੰਦ ਕਰ ਦਿੱਤਾ ਗਿਆ ਜੀ, ਇਹਨਾਂ ਨੇ ਅੰਦਰ ਜਾਣ ਨਹੀਂ ਦਿੱਤਾ ਗਿਆ ਜੀ। ਮੈਂ ਤਾਂ ਤੁਹਾਨੂੰ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਮੇਰਾ ਅਪਮਾਨ ਕੀਤਾ ਇਹਨਾਂ ਨੇ। ਮੈਂ ਕਾਂਗਰਸ ਦਾ ਇੱਕ ਸਿਪਾਹੀ ਹਾਂ, ਇਹਨਾਂ ਨੂੰ ਸਿਰਫ ਉਹ ਚੰਗੇ ਲੱਗਦੇ ਨੇ ਜਿਹੜੇ ਇਹਨਾਂ ਦੀ ਜੀਹ ਜੂਰੀ ਕਰਦੇ ਨੇ, ਜਿਹੜੇ ਇਹਨਾਂ ਦੇ ਮਗਰ ਆਵਾਜ਼ ਚੱਕਦੇ ਨੇ ਉਹ ਇਹਨਾਂ ਨੂੰ ਚੰਗੇ ਲੱਗਦੇ ਨੇ, ਬਾਕੀਆਂ ਨੂੰ ਤਾਂ ਜਲੂਸ ਕੱਢਦੇ ਨੇ, ਬਾਕੀਆਂ ਨੂੰ ਇਹ ਪੁੱਛਦੇ ਨਹੀਂ ਹੈਗੇ ਵਰਕਰ ਨੂੰ। ਪਾਰਟੀ ਪਲੇਟਫਾਰਮ ਤੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ? ਪਾਰਟੀ ਪਲੇਟਫਾਰਮ ਤੇ ਧਮਕੀ ਪਹਿਲੀ ਦੇਣ ਲੱਗ ਗਏ ਤੇ ਪੁੱਛਿਆ ਕਿ ਉੱਥੇ ਹੀ ਤਾਂ ਬੈਠਾ ਜੀ, ਮੈਂ ਉੱਥੇ ਹੀ ਤਾਂ ਬੈਠਾ, ਮੈਂ ਗੱਲ ਕੀਤੀ ਹੈ ਜੀ।